ਬਹੁਤ ਜ਼ੋਰ ਦੀ ਅੱਗ ਆਈ ਜੀ, ਬਹੁਤ ਜ਼ੋਰ ਦੀ ਅੱਗ ਆਈ ਹੈ, ਹਵਾ ਬਹੁਤ ਤੇਜ਼ ਸੀ, ਅੱਗ ਬਹੁਤ ਜ਼ੋਰ ਦੀ ਆਈ ਹੈ। ਨੁਕਸਾਨ ਛੇਕ ਨਾ ਥਾਂ ਜੋ ਨੈਨੇ ਸੜ ਗਏ, ਸਭ ਸਿਖਰ ਖੜ ਗਏ, ਆ ਗਿਆ ਇਲ ਮੈਂ ਅੱਗੇ ਨੁਕਸਾਨ ਹੋਇਆ, ਇਲ ਮੈਂ ਵੀ ਹੋਇਆ। ਠੀਕ ਹੈ, ਬੱਗੇ ਵਾਲੇ ਤੋਂ ਅੱਗ ਲੱਗੀ ਹੈ ਜੀ, ਠੀਕ ਹੈ, ਤੇ ਨਾੜ ਨੂੰ ਲੱਗਦੀ ਲੱਗਦੀ ਕੰਮ ਮੇਰੇ ਝੋਨੇ ਜਾਣ ਕੇ ਵੜ ਗਈ ਹੈ, ਮੇਰਾ 6-7 ਕਿਲੋ ਦਾ ਝੋਨਾ ਸੜ ਗਿਆ ਜੀ। ਠੀਕ ਹੈ ਜੀ, ਅਸੀਂ ਜਾ ਰਹੀ ਅੱਗ ਲੱਗੀ ਹੈ ਨਾਲ ਗੁਲਾਮੀ ਵਾਲਾ, ਤੇ ਇਸ ਤੋਂ ਅੱਗੇ ਕਮਾਲਾ ਬੋਤਲਾ ਜਿਹੜਾ ਅਸੀਂ ਮੌਜੂਦ ਹੈਗੇ ਇਸ ਟਾਈਮ ਨਗਰ ਕਮਾਲਾ ਬੋਤਲਾ ਦੇ ਵਿੱਚ ਅਸੀਂ ਪਹੁੰਚੇ ਹਾਂ। ਇੱਥੇ ਅੱਗ ਲੱਗਣ ਦੇ ਸਮਾਚਾਰ ਮਿਲੇ ਆ, ਰਕਬਾ ਬੱਗੇ ਵਾਲੇ ਤੋਂ ਜਿਹੜੀ ਦੱਸੀ ਜਾ ਰਹੀ ਅੱਗ ਲੱਗੀ ਹੈ ਨਾਲ ਗੁਲਾਮੀ ਵਾਲਾ, ਤੇ ਇਸ ਤੋਂ ਅੱਗੇ ਕਮਾਲਾ ਬੋਤਲਾ ਜਿਹੜਾ ਅਸੀਂ ਮੌਜੂਦ ਹੈਗੇ ਇਸ ਟਾਈਮ ਗੱਲਬਾਤ ਕਰਦੇ ਹਾਂ ਕੀ ਸਾਰੀ ਗੱਲਬਾਤ ਵਾਪਰੀ ਅੱਜ ਕਰੀਬ 12-1 ਦੀ ਗੱਲ ਹੈਗੀ, ਦੁਪਹਿਰ 1 ਵਜੇ ਦੀ ਗੱਲ ਹੈਗੀ, ਅੱਜ ਆਪਾਂ ਗੱਲ ਕਰਦੇ ਹਾਂ। ਸੋ ਸਾਰੀਆਂ ਤੁਹਾਨੂੰ ਤਸਵੀਰਾਂ ਵੀ ਖਾ ਦਿੰਦੇ ਨਾਲ ਇਹ ਬਾਈ ਹੁਣਾਂ ਨਾਲ ਆਪਾਂ ਗੱਲਬਾਤ ਕਰਦੇ। ਬਾਈ ਜੀ ਕੀ ਗੱਲ ਹੋਈ ਅਤੇ ਕੀ ਨਾਂ ਕੀ ਤੁਹਾਡਾ ਜੀ? ਮੇਰਾ ਨਾਮ ਸਾਹਿਬ ਸਿੰਘ, ਪਿੰਡ ਕਮਾਲਾ ਬੋਤਲਾ ਜੀ। ਠੀਕ ਹੈ ਜੀ, ਇਹ ਬੱਗੇ ਵਾਲੇ ਤੋਂ ਅੱਗ ਲੱਗੀ ਹੈ ਜੀ, ਠੀਕ ਹੈ, ਤੇ ਨਾੜ ਨੂੰ ਲੱਗਦੀ ਲੱਗਦੀ ਕੰਮ ਮੇਰੇ ਝੋਨੇ ਜਾਣ ਕੇ ਵੜ ਗਈ ਹੈ, ਮੇਰਾ 6-7 ਕਿਲੋ ਦਾ ਝੋਨਾ ਸੜ ਗਿਆ ਜੀ। ਠੀਕ ਹੈ ਜੀ, ਤੇ ਬੱਗੇ ਵਾਲੇ ਪਿੱਛੋਂ ਅੱਗ ਆਈ ਆ, ਤੇ ਮੇਰਾ ਇਹੋ ਹੀ ਆ ਵੀ ਮੇਰਾ ਇਹਦਾ ਬਣਦਾ ਜੋ ਵੀ ਮਾਜਵਾ ਤੋਂ ਆ ਜਾਵੇ। ਠੀਕ ਹੈ, ਠੀਕ ਹੈ, ਹਾਂਜੀ, ਠੀਕ ਹੈ। ਸਾਹਿਬ ਸਿੰਘ ਜੀ, ਪਿੰਡ ਕਮਾਲਾ ਬੋਤਲਾ। ਠੀਕ ਹੈ, ਹਾਂਜੀ, ਠੀਕ। ਨਹੀਂ ਹੁਣ ਜਿਹੜਾ ਇਹ ਅੱਗ ਲੱਗੀ ਹੈਗੀ ਹੈ ਤੇ ਹੁਣ ਪੁਲਿਸ ਵੀ ਇੱਥੇ ਆਈ ਹੈਗੀ, ਕਹਿਣਾ ਕੀ ਤੁਹਾਡਾ? ਮੇਰਾ ਇਹ ਕਹਿਣਾ ਜੀ ਜੋ ਮੇਰਾ ਇਨਸਾਫ ਦਵਾਇਆ ਜਾਵੇ, ਮੇਰੇ ਝੋਨਾ ਸੜਿਆ, ਵੇਖ ਲਓ ਮੌਕਾ ਵੇਖੋ ਤੁਸੀਂ। ਝੋਨਾ ਸੜਿਆ ਕੋਈ? ਅੱਗੇ ਵੀ ਸੜਿਆ ਜੀ, ਉਹ ਅੱਗੇ ਵੀ ਸੜਿਆ। ਅੱਛਾ ਜੀ, ਹਾਂਜੀ ਹਾਂਜੀ, ਉਹ ਉੱਥੇ ਬਾਬਾ ਸੜਦਾ, ਅੱਧਾ ਪੌਣਾ ਕਿਲੋ ਉੱਥੇ ਵੀ ਸੜ ਗਿਆ ਜੀ, ਅੱਗੇ ਵੀ ਸੜ ਗਿਆ, ਤੇ ਇੱਧਰੋਂ ਬੱਗੇ ਵਾਲੇ ਤੋਂ ਅੱਗ ਆਈ, ਇੱਧਰ ਲੱਗੀ ਆ ਜੀ। ਠੀਕ ਹੈ, ਤੇ ਆ ਵੇਖੋ ਪਿੱਛੇ ਪਰਾਲੀ ਵੀ ਸੜੀ ਕਿੰਨੀ, ਤੇ ਉਹ ਪਰਾਲੀ ਵਿੱਚੋਂ ਗਾਂਹ ਹੁੰਦੀ ਹੁੰਦੀ ਆਪਣੇ ਝੋਨੇ 'ਚ ਗਾਂਹ, ਤੇ ਉਦੋਂ ਅੱਗੇ ਗਾਂਹ ਫਿਰ ਝੋਨਾ ਹੈਗਾ ਜੀ, ਉੱਥੇ ਵੀ 6-7 ਕਿਲੋ ਥਾਂ ਉੱਥੇ ਵੀ ਸੜਿਆ ਜੀ। ਤੁਹਾਨੂੰ ਕਿਵੇਂ ਪਤਾ ਲੱਗਾ ਜੀ ਅੱਗ ਲੱਗੀ ਇੱਥੇ? ਇਹ ਅਸੀਂ ਤਾਂ ਰੱਬੀ ਇੱਥੋਂ ਘਰੋਂ ਨਿਕਲੇ ਆ ਮੱਲਾਂ ਵਾਲੇ ਜਾਣ ਵਾਸਤੇ, ਅਸੀਂ ਇੱਧਰ ਵੇਖਿਆ ਤਾਂ ਅੱਗ ਲੱਗੀ ਆਉਂਦੀ ਆ, ਤੇ ਅਸੀਂ ਦਾਓ ਦਾਓ ਦਾ ਟਰੈਕਟਰ ਭਜਾਇਆ, ਤੇ ਅਸੀਂ ਨਾਲ ਉਹ ਬੰਨਾ ਛਿੜਾਇਆ, ਸਾਡੇ ਛਿੜਾਉਂਦੇ ਛਿੜਾਉਂਦੇ ਆ ਝੋਨੇ ਦੇ ਵਿੱਚ ਅੱਗ ਵੜ ਗਈ ਆ ਜੀ। ਠੀਕ, ਹਾਂਜੀ, ਅਸੀਂ ਆਪਾਂ ਇੱਥੇ ਹੋਰ ਵੀ ਗੱਲਬਾਤ ਕਰ ਲੈਂਦੇ ਹਾਂ, ਮੌਕੇ ਦੀ ਆਪਾਂ ਤਸਵੀਰਾਂ ਲੈ ਲੈਂਦੇ ਹੈਗੇ ਹਾਂ। ਬਾਈ ਜੀ ਕੀ ਨਾਂ ਆਪਣਾ ਜੀ? ਮੈਂ ਜੋਗਾ ਸਿੰਘ ਜੀ। ਅੱਛਾ, ਕੀ ਘਟਨਾ ਵਾਪਰੀ ਜੀ ਇੱਥੇ? ਆਪਣੇ ਇੱਥੇ ਬੱਗੇ ਵਾਲੇ ਤੋਂ ਅੱਗ ਆਈ ਇੱਧਰੋਂ। ਠੀਕ ਹੈ, ਆ ਕੇ ਇੱਥੇ ਇਹਨਾਂ ਨੂੰ ਪਤਾ ਲੱਗਾ ਵੀ ਅੱਗ ਲੱਗ ਗਈ ਹੈ ਝੋਨੇ ਨੂੰ, ਬੁਝਾਈਏ ਪਿੰਡ ਨਾਲ ਬਾਬੇ ਨੇ ਵਾਜ ਦਿੱਤੀ ਹੈ, ਸਾਰਾ ਪਿੰਡ ਲੱਗਰ ਇਕੱਠਾ ਇੱਥੇ ਆਇਆ, 100-150 ਬੰਦਾ ਇੱਥੇ ਆਇਆ ਅੱਗ ਬੁਝਾਉਣ ਵਾਸਤੇ। ਠੀਕ ਹੈ, ਫਿਰ ਮੌਕੇ ਜਾ ਕੇ ਤੇ ਕਾਬੂ ਪਾਇਆ ਗਿਆ ਹੈ, ਚਲੋ ਲੱਗੇ ਪਾਣੀ ਹੈਗਾ ਖਾਲੀਆਂ ਖੁਣੀਆਂ 'ਚ, ਪਾਣੀ ਪਾ ਕੇ ਅੱਗ ਬੁਝਾਈ ਗਈ, ਨਹੀਂ ਤਾਂ ਬੁਝਣ ਦੇ ਕੋਈ ਚਾਂਸ ਹੈ ਨਹੀਂ ਸੀ। ਠੀਕ ਹੈ, ਹਾਂਜੀ, ਬਹੁਤ ਜ਼ੋਰ ਦੀ ਅੱਗ ਆਈ, ਬਹੁਤ ਜ਼ੋਰ ਦੀ ਅੱਗ ਆਈ ਹੈ, ਹਵਾ ਬਹੁਤ ਤੇਜ਼ ਸੀ, ਅੱਗ ਬਹੁਤ ਜ਼ੋਰ ਦੀ ਆਈ ਹੈ, ਨੁਕਸਾਨ ਛੇਕ ਨਾ ਥਾਂ ਜੋ ਨੈਨੇ ਸੜ ਗਏ, ਸਭ ਸਿਖਰ ਖੜ ਗਏ, ਆ ਗਿਆ ਇਲ ਮੈਂ ਅੱਗੇ ਨੁਕਸਾਨ ਹੋਇਆ, ਇਲ ਮੈਂ ਵੀ ਹੋਇਆ। ਠੀਕ ਹੈ, ਹਾਂਜੀ, ਠੀਕ ਹੈ, ਹੁਣ ਪੁਲਿਸ ਪ੍ਰਸ਼ਾਸਨ ਆਇਆ? ਹਾਂ, ਪੁਲਿਸ ਪ੍ਰਸ਼ਾਸਨ ਆਇਆ ਵਾ, ਦਰਖਾਸਤ ਦੇ ਕੇ ਆਇਆ? ਹਾਂ, ਦਰਖਾਸਤ ਦੇ ਕੇ ਆਏ ਹਾਂ। ਠੀਕ ਹੈ ਜੀ, ਹਾਂਜੀ, ਕੀ ਮੰਗ ਕੀ ਕਰਦੇ ਤੁਸੀਂ? ਮੰਗ ਸਾਨੂੰ ਨੁਕਸਾਨ ਮਿਲ ਜੇ, ਸਾਨੂੰ ਜੋ ਸਾਡਾ ਨੁਕਸਾਨ ਹੋਇਆ ਹੈ ਉਹਦੀ ਭਰਪਾਈ ਕਰ ਦੇਣਾ। ਠੀਕ ਹੈ, ਇਹ ਕਿਤੇ ਨਾ ਕਿਤੇ ਅਣਗਹਿਲੀ ਸਮਝਦੇ ਫਿਰ ਆਪਣੀ? ਅਣਗਹਿਲੀ ਕਿਤੇ? ਅਣਗਹਿਲੀ ਬਹੁਤ ਜ਼ਿਆਦਾ ਜੀ, ਅੱਗ ਵਜੇ ਦਾ ਸ਼ਾਮੀ ਅੱਗ ਲਾਓ ਤੇ 4-5 ਵਜੇ ਬਾਅਦ ਪ੍ਰਸ਼ਾਸਨ ਕਹਿੰਦਾ ਅੱਗ ਲਾਓ, ਇਹਨਾਂ ਅੱਗ ਲਾਈ 1 ਵਜੇ ਡਾਕਤੀ ਹੈ, ਪੂਰੀ ਹਵਾ ਚੱਲਣ ਦੀ ਅੱਗ ਲਈ ਫੁੱਲ ਹਵਾ। ਠੀਕ ਹੈ, ਇਲਾ ਖੜਾ ਨਹੀਂ ਜਾਂਦਾ ਸਰ। ਠੀਕ, ਇਹਨਾਂ ਸਹੀ। ਸੋ ਹੋਰ ਵੀ ਆਪਾਂ ਇੱਥੇ ਤਸਵੀਰਾਂ ਵੇਖ ਲੈਂਦੇ ਹੈਗੇ, ਗੱਲਬਾਤ ਵੀ ਕਰ ਲੈਂਦੇ ਹੈਗੇ ਆ ਕਿ ਇੱਥੇ ਜੋ ਮਾਹੌਲ ਬਣਿਆ ਹੈਗਾ ਜਾਂ ਕੀ ਗੱਲਬਾਤ ਹੈਗੀ ਤੁਸੀਂ ਦੇਖ ਸਕਦੇ ਹੋ। ਕਿਤੇ ਨਾ ਕਿਤੇ ਜਾਣੇ ਅਣਜਾਣੇ ਦੇ ਵਿੱਚ ਅਸੀਂ ਅਕਸਰ ਤਸਵੀਰਾਂ ਦੇ ਵਿੱਚ ਵੇਖਦੇ ਹਾਂ ਕਿ ਬਹੁਤ ਵੱਡਾ ਜਾਨੀ ਮਾਲੀ ਨੁਕਸਾਨ ਸਾਡੇ ਤੋਂ ਜਾਣੇ ਅਣਜਾਣੇ ਦੇ ਵਿੱਚ ਹੋ ਜਾਂਦਾ। ਕਈ ਵਾਰ ਅਸੀਂ ਵੇਖਦੇ ਹਾਂ ਕਿ ਜਦੋਂ ਇਸ ਤਰ੍ਹਾਂ ਵੱਡਾ ਨੂੰ ਅੱਗ ਲੱਗਦੀ, ਬੇਸ਼ੱਕ ਦੇ ਦਰੱਖਤਾਂ ਦਾ ਵੀ ਨੁਕਸਾਨ ਹੁੰਦਾ, ਘਰਾਂ ਦਾ ਵੀ ਨੁਕਸਾਨ ਹੋ ਜਾਂਦਾ ਹੈਗਾ। ਸੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ, ਇਹ ਰਕਬਾ ਗੁਲਾਮੀ ਵਾਲੇ ਦਾ, ਬੱਗੇ ਵਾਲੇ ਦਾ, ਅਤੇ ਨਾਲ ਇਲਮੇ ਵਾਲੇ ਦਾ, ਪਿੰਡ ਕਮਾਲਾ ਬੋਤਲਾ ਦਾ ਜਿਹੜਾ ਰਕਬਾ ਹੈਗਾ। ਆਪਾਂ ਹੋਰ ਵੀ ਤਸਵੀਰਾਂ ਵੇਖਦੇ ਹਾਂ ਅਤੇ ਕਰਦੇ ਹਾਂ ਗੱਲਬਾਤ। ਮੈਂ ਪਟਵਾਰੀ ਥੋੜਾ ਜੀ, ਜਾਂ ਮਾਲ ਮਹਿਕਮੇ ਦਾ ਬੰਦਾ, ਸਾਰੇ ਵੀ ਥਾਂ ਬਣਾ ਕੇ ਮੇਰਾ ਦੁਬਾਰਾ ਥਾਂ ਬਣ ਜਾਣਾ ਸਾਰਾ। ਮੌਕੇ ਦੀਆਂ ਤਸਵੀਰਾਂ ਤੁਸੀਂ ਵੇਖੀਆਂ, ਇੱਥੇ ਆਪਾਂ ਗੱਲਬਾਤ ਵੀ ਕੀਤੀ ਹੈਗੀ ਹੈ ਔਰ ਸਾਰੀ ਗੱਲਬਾਤ ਤੁਹਾਡੇ ਸਾਹਮਣੇ ਰੱਖੀਏ। ਕਾਰਨ ਬੇਸ਼ੱਕ ਦੀ ਪੁਲਿਸ ਪ੍ਰਸ਼ਾਸਨ ਵੀ ਇੱਥੇ ਪਹੁੰਚਿਆ ਹੋਇਆ, ਆਪਾਂ ਗੱਲਬਾਤ ਵੀ ਕੀਤੀ ਹੈਗੀ ਹੈ। ਸੋ ਇਨਵੈਸਟੀਗੇਸ਼ਨ ਜਾਰੀ ਹੈਗੀ ਹੈ ਜਾਂ ਕਹਿ ਸਕਦੇ ਹਾਂ ਜਿਹੜਾ ਸਾਰੀ ਗੱਲਬਾਤ ਇੱਥੇ ਜਾਰੀ ਹੈਗੀ ਹੈ। ਸੋ ਥਾਣੇਦਾਰ ਗੁਰਪ੍ਰੀਤ ਸਿੰਘ ਔਰ ਗੁਰਚਰਨ ਸਿੰਘ ਇੱਥੇ ਮੌਕੇ 'ਤੇ, ਜਿਹੜਾ ਪੁਲਿਸ ਪ੍ਰਸ਼ਾਸਨ ਜਿਹੜਾ ਮੌਕੇ 'ਤੇ ਪਹੁੰਚਿਆ ਹੋਇਆ, ਆਪਾਂ ਸਾਰੀ ਗੱਲਬਾਤ ਕੀਤੀ ਹੈਗੀ ਹੈ। ਸੋ ਇਹ ਕਾਰਨ ਵੇਖੇ ਜਾਣਗੇ ਇੱਥੇ ਜਿਹੜਾ ਨੁਕਸਾਨ ਹੋਇਆ, ਝੋਨੇ ਦਾ ਨੁਕਸਾਨ ਹੋਇਆ, ਜਿਸ ਤਰ੍ਹਾਂ ਦਾ ਵੀ ਨੁਕਸਾਨ ਹੋਇਆ, ਤਸਵੀਰਾਂ ਤੁਹਾਡੇ ਸਾਹਮਣੇ ਹੈਗੀਆਂ ਔਰ ਇਹ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਨਾ ਅਤੇ ਇਸ ਵੀਡੀਓ 'ਤੇ ਜ਼ਰੂਰ ਗੌਰ ਫਰਮਾਉਣਾ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।